ਆਂਗਨਵਾੜੀ ਵਰਕਰਾਂ ਵੱਲੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸ ਤਹਿਤ ਅੱਜ ਬਠਿੰਡਾ ਵਿਖੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਨਾਲ ਹੀ ਖੂਨ ਦੇ ਸੈਂਪਲ ਵੀ ਦਿੱਤੇ ਗਏ। ਉਨ੍ਹਾਂ ਕਿਹਾ ਕਿ 6 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਉੱਤੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨਗੇ। ਪ੍ਰਕਾਸ਼ ਕੌਰ ਸੋਨੀ, ਜ਼ਿਲ੍ਹਾ ਪ੍ਰਧਾਨ ਬਠਿੰਡਾ ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ। ਔਰ ਅੱਜ ਦਾ ਸਾਡਾ ਪ੍ਰੋਗਰਾਮ ਹੈ ਜਿਹੜਾ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰ 'ਤੇ ਪ੍ਰੋਗਰਾਮ ਹੈ ਅਤੇ ਅਸੀਂ ਅੱਜ DC ਸਾਹਿਬ ਨੂੰ ਨੋਟਿਸ ਜਾਰੀ ਕਰਨਾ ਕਿ 6 ਤਰੀਕ ਨੂੰ ਸਾਨੂੰ ਅਰੈਸਟ ਕੀਤਾ ਜਾਵੇ। ਅਸੀਂ 6 ਤਰੀਕ ਦਾ ਸਾਡਾ ਜੇਲ੍ਹ ਭਰੋ ਅੰਦੋਲਨ ਹੈ, ਜਿਹੜੀਆਂ ਸਾਡੀਆਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਾਇਜ਼ ਮੰਗਾਂ ਹੈ ਜੋ ਕਿ ਸਰਕਾਰ ਮੰਨ ਨਹੀਂ ਰਹੀ। ਉਹਨਾਂ ਮੰਗਾਂ ਨੂੰ ਮਨਵਾਉਣ ਵਾਸਤੇ ਹੁਣ ਅਸੀਂ ਆਰ ਪਾਰ ਦੀ ਲੜਾਈ ਵਾਸਤੇ ਉਤਰੇ ਹੋਏ ਹਾਂ ਅਤੇ ਸਾਡਾ ਸਾਰੇ ਪੰਜਾਬ ਦੇ ਵਿੱਚ 6 ਮਾਰਚ ਨੂੰ ਮਹਿਲਾ ਦਿਵਸ 'ਤੇ, ਕਿਉਂਕਿ 8 ਮਾਰਚ ਦੀ ਛੁੱਟੀ ਆ ਗਈ ਇਸ ਕਰਕੇ ਅਸੀਂ 6 ਮਾਰਚ ਰੱਖਿਆ ਗਿਆ ਅਤੇ 6 ਮਾਰਚ ਨੂੰ ਮਹਿਲਾ ਦਿਵਸ 'ਤੇ ਅਸੀਂ ਜੇਲ੍ਹ ਭਰੋ ਅੰਦੋਲਨ ਹੈ। ਅਸੀਂ ਉਸ ਦਿਨ ਜੇਲ੍ਹਾਂ ਭਰਾਂਗੇ ਅਤੇ ਅਸੀਂ ਆਪਣੇ ਘਰੋਂ ਪੂਰੀ ਤਿਆਰੀ ਕਰਕੇ ਵਰਕਰ ਹੈਲਪਰ ਫੁੱਲ ਸਾਰੇ ਟੋਟਲੀ ਆਉਣਗੇ ਅਤੇ ਅਸੀਂ ਪੰਜਾਬ ਨੂੰ ਨੋਟਿਸ ਦਿੰਦੇ ਹਾਂ, ਪੰਜਾਬ ਸਰਕਾਰ ਨੂੰ, DC ਸਾਹਿਬ ਦੇ ਥਰੂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਵੀ ਅੱਜ ਅਸੀਂ ਭੇਜਣਾ ਅਤੇ ਖੂਨ ਦੇ ਸੈਂਪਲ ਦੇ ਕੇ ਅੱਜ ਅਸੀਂ ਆਪਣੇ ਖੂਨ ਨਾਲ ਮਤਲਬ ਉਹਨਾਂ ਨੂੰ ਮੰਗ ਪੱਤਰ ਭੇਜਿਆ। ਖੂਨ ਦੇ ਸੈਂਪਲ ਕਢਾ ਕੇ ਕੁੜੀਆਂ ਨੇ ਆਪਣੇ ਵੀ ਸਾਡੀਆਂ ਇਹ ਮੰਗਾਂ, 6 ਤਰੀਕ ਨੂੰ ਸਾਨੂੰ ਇਹ ਨਾ ਹੋਵੇ ਵੀ ਸਾਨੂੰ ਅਰੈਸਟ ਕਰਨ ਵਾਸਤੇ ਪਿਛਲੇ ਸਾਲਾਂ ਵਾਂਗ ਇਹਨਾਂ ਕੋਲ ਜਗ੍ਹਾ ਨਾ ਹੋਵੇ ਜੇਲ੍ਹਾਂ ਦੇ ਵਿੱਚ, ਅਤੇ ਆਪਣਾ ਪਹਿਲਾਂ ਪ੍ਰਬੰਧ ਕਰਨ ਅਤੇ ਉਸ ਦਿਨ ਸਾਨੂੰ ਇਹ ਅਰੈਸਟ ਕਰਨ, ਜੇਲ੍ਹ ਭਰੋ ਅਸੀਂ ਉਸ ਦਿਨ ਪੂਰਾ ਸੰਪੂਰਨ ਕਰਾਂਗੇ। ਉੱਥੇ ਹੀ ਲੁਧਿਆਣਾ ਵਿੱਚ DC ਦਫ਼ਤਰ ਦੇ ਬਾਹਰ ਵੀ ਆਂਗਨਵਾੜੀ ਵਰਕਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਭਾਰੀ ਗਿਣਤੀ ਵਿੱਚ ਵਰਕਰਾਂ ਨੇ ਹਿੱਸਾ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਦਰਸ਼ਨ ਕਰ ਰਹੇ ਕਾਮਰੇਡ ਤਰਸੇਮ ਜੋਧਾ ਅਤੇ ਆਂਗਨਵਾੜੀ ਯੂਨੀਅਨ ਦੀ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਆਂਗਨਵਾੜੀ ਵਰਕਰਾਂ ਨਾਲ ਧੱਕਾ ਕਰ ਰਹੀ ਹੈ। ਵਿੱਚ ਚੱਲ ਰਹੀ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਇੱਥੇ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ, ਜਿਹਦਾ ਮਕਸਦ ਆ ਵੀ 3 ਤੋਂ 6 ਸਾਲ ਦੇ ਬੱਚੇ ਆ ਜਿਹੜੇ ਉਹ ਸਰਕਾਰੀ ਸਕੂਲਾਂ 'ਚ ਸਰਕਾਰ ਨੇ ਜਾਣ ਦਾ ਫੈਸਲਾ ਕਰ ਲਿਆ, ਜਦੋਂ ਕਿ ਸਕੂਲ ਪਹਿਲਾਂ ਹੀ ਖਾਲੀ ਪਏ ਨੇ, ਸਕੂਲਾਂ 'ਚ ਟੀਚਰ ਹੈ ਨਹੀਂ ਗਏ, ਬਿਲਡਿੰਗਾਂ ਹੈ ਨਹੀਂ ਗੀਆਂ, ਔਰ ਦੇਸ਼ ਪੱਧਰ 'ਤੇ ਜਿਹੜੀ ਇਹ ਸਕੀਮ ਵਰਕਰ ਚੱਲ ਰਹੀ ਆ ਇਹਨੂੰ ਖਤਮ ਕਰਨ ਦਾ ਜਿਹੜਾ ਪ੍ਰੋਗਰਾਮ ਆ ਇਹਦੇ ਨਾਲ ਹੀ ਇਹਨਾਂ ਨੂੰ ਰੈਗੂਲਰ ਕਰਨ ਦਾ। ਪਿਛਲੇ ਸਮੇਂ 'ਚ 8 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਹੋਈ ਜਿਹਦੇ 'ਚ ਮੁੱਖ ਮੰਗ ਸੀ ਵੀ ਸਕੀਮ ਵਰਕਰ ਨੇ ਜਿਹੜੇ ਆਂਗਨਵਾੜੀ ਆਸ਼ਾ ਵਰਕਰ ਮਿਡ ਡੇ ਮੀਲ ਨੂੰ ਰੈਗੂਲਰ ਕੀਤਾ ਜਾਵੇ। ਪੰਜਾਬ ਦੀ ਸਰਕਾਰ ਦੂਸਰੇ ਸੂਬਿਆਂ ਦੇ ਮੁਕਾਬਲੇ 'ਤੇ ਕਿਤੇ ਘੱਟ ਤਨਖਾਹਾਂ ਦੇ ਰਹੀ ਆ, ਕੇਰਲਾ ਦੇ ਵਿੱਚ ਹੋਰਨਾਂ ਸੂਬਿਆਂ 'ਚ 3-3 ਗੁਣਾ ਵੱਧ ਤਨਖਾਹਾਂ ਨੇ, ਤੋ ਪੰਜਾਬ ਦੀ ਸਰਕਾਰ ਨੇ ਇਸ ਨੂੰ ਅਣਗੌਲਿਆ ਕੀਤਾ। ਜਿੱਥੇ ਮੋਦੀ ਸਰਕਾਰ ਅੱਜ ਪਬਲਿਕ ਸੈਕਟਰ ਨੂੰ ਖਤਮ ਕਰ ਰਹੀ ਆ, ਜਿੱਥੇ ਉਹਦਾ ਕੁਹਾੜਾ ਜਿਹੜਾ ਚੱਲ ਰਿਹਾ ਵੀ ਸਕੀਮ ਵਰਕਰ ਖਤਮ ਕਰਨੇ ਨੇ, ਮਨਰੇਗਾ ਖਤਮ ਕਰਨਾ, ਛੋਟਾ ਕਾਰੋਬਾਰ ਖਤਮ ਕਰਨਾ, ਉੱਥੇ ਪੰਜਾਬ ਦੀ ਸਰਕਾਰ ਦਾ ਰੋਲ ਵੀ ਬੜਾ ਨੈਗੇਟਿਵ ਆ। ਅੱਜ ਆਂਗਨਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਲੁਧਿਆਣਾ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਦਿੱਤਾ ਗਿਆ, ਔਰ ਭੈਣਾਂ ਨੇ ਆਪਣਾ ਖੂਨ ਕਢਾ ਕੇ ਜਿਹੜਾ ਬੋਤਲਾਂ ਭਰ ਕੇ ਵੀ ਦਿੱਤੀਆਂ ਨੇ, ਭਾਵੇਂ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ, ਉੱਥੇ ਟੇਬਲ 'ਤੇ ਰੱਖ ਦਿੱਤਾ ਗਿਆ। ਇਹ ਗੱਲ ਦੱਸਦੀ ਹੈ ਵੀ ਮੂਵਮੈਂਟ ਆ ਜਿਹੜੀ ਭੈਣਾਂ ਦੀ ਮੂਵਮੈਂਟ ਕਾਫੀ ਉੱਪਰਲੇ ਪੱਧਰ 'ਤੇ ਚਲੀ ਗਈ ਆ, ਹੁਣ ਇਹ ਥੱਲੇ ਦੇ ਪੱਧਰ 'ਤੇ ਨਹੀਂ, ਔਰ 6 ਮਾਰਚ ਨੂੰ ਹਜ਼ਾਰਾਂ ਦੀ ਗਿਣਤੀ 'ਚ ਇੱਕ ਇੱਕ ਜ਼ਿਲ੍ਹਾ ਹੈੱਡਕੁਆਰਟਰ 'ਤੇ ਭੈਣਾਂ ਨੇ ਜਿਹੜੀਆਂ ਮਤਲਬ ਉਹ ਵੱਡਾ ਗ੍ਰਿਫਤਾਰੀ ਦੇਣਗੀਆਂ, ਉਹ ਜਾਬਤਾ ਪੂਰਾ ਕਰਨ ਲਈ ਹਕੀਕੀ ਤੌਰ 'ਤੇ ਗ੍ਰਿਫਤਾਰੀ ਦੇਣਗੀਆਂ, ਜਿਹੜਾ ਮੁੱਖ ਮਕਸਦ ਆ 6 ਮਾਰਚ ਦਾ ਉਸ ਦਿਨ ਬੜੀ ਵੱਡੀ ਤਿਆਰੀ ਆ ਜਿਹੜੀ ਸਾਰੇ ਪੰਜਾਬ ਪੱਧਰ 'ਤੇ। ਸਾਡਾ ਅੱਜ ਦਾ ਨੋਟਿਸ ਅਸੀਂ AD ਸਾਹਿਬ ਨੂੰ ਦਿੱਤਾ ਗਾ, ਇਹ ਅਸੀਂ ਸਰਕਾਰ ਨੂੰ 3 ਤੋਂ 6 ਸਾਲ ਦੇ ਬੱਚਿਆਂ ਲੈ ਕੇ ਆਪਣਾ ਮੰਗ ਪੱਤਰ ਦਿੱਤਾ ਹੈ। ਨਾਲ ਅਸੀਂ ਉਹਨਾਂ ਨੋਟਿਸ ਦਿੱਤਾ ਗਾ ਵੀ ਜੇ ਸਰਕਾਰ ਸਾਡੀ 6 ਮਾਰਚ ਤੋਂ ਪਹਿਲਾਂ 3 ਤੋਂ 6 ਸਾਲ ਦੇ ਬੱਚਿਆਂ ਦਾ ਫੈਸਲਾ ਆਂਗਨਵਾੜੀ ਹੱਕ 'ਚ ਨਹੀਂ ਲੈਂਦੀ ਤਾਂ ਅਸੀਂ 6 ਮਾਰਚ ਨੂੰ ਕੌਮੀ ਮਹਿਲਾ ਦਿਵਸ 'ਤੇ ਆਪਣਾ ਜੇਲ੍ਹ ਭਰੋ ਅੰਦੋਲਨ, ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਸੰਘਰਸ਼ ਜਿਹੜਾ ਜੰਗ ਹੈ ਇਹ ਛਿੜ ਪਿਆ ਹੈ, ਤਾਂ ਅਸੀਂ ਜੇਲ੍ਹਾਂ ਭਰਾਂਗੇ। ਜੇ ਸਾਡੀ ਰੋਜ਼ੀ ਰੋਟੀ ਸਰਕਾਰ ਖੋਣ ਜਾ ਰਹੀ ਹੈ ਤਾਂ ਰੋਟੀ ਤਾਂ ਅਸੀਂ ਖਾਣੀ ਹੈ, ਤਾਂ ਅਸੀਂ ਜੇਲ੍ਹ 'ਚ ਜਾਣ ਕੇ ਆਪਣੀ ਰੋਜ਼ੀ ਰੋਟੀ ਖਾਣ ਲਈ ਤਿਆਰ ਹਾਂ, ਤਾਂ ਸਾਡੀ ਉਸ ਨੂੰ ਸਾਡੀ ਪੂਰੀ ਤਿਆਰੀ ਹੋਏਗੀ ਵਰਕਰ ਹੈਲਪਰ ਦੀ, ਸਾਨੂੰ ਸਰਕਾਰ ਜਿਹੜਾ ਲੈ ਕੇ ਜਾਵੇ, ਨਹੀਂ ਤਾਂ ਸਾਡਾ ਬੱਚਾ ਸਾਨੂੰ ਵਾਪਸ ਦਿੱਤਾ ਜਾਵੇ। ਉੱਥੇ ਹੀ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ ਕਰਨ ਪਹੁੰਚਿਆ ਆਂਗਨਵਾੜੀ ਵਰਕਰਾਂ ਨੇ DC ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਆਂਗਨਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦਾ ਖੂਨ ਚੂਸ ਰਹੀ ਹੈ। ਸਿੰਦਰ ਕੌਰ ਬੜੀ ਜੀ,
ਅਸੀਂ ਧਰਨਾ ਦਿੱਤਾ ਕਿਉਂਕਿ ਅਸੀਂ ਬਹੁਤ ਲੰਮੇ ਸਮੇਂ ਤੋਂ ਸਰਕਾਰ ਦੀਆਂ ਮਿੰਨਤਾਂ ਤਰਲੇ ਕਰਦੇ ਆਉਂਦੇ ਹਾਂ, ਲੜਾਈਆਂ ਲੜੀਆਂ ਨੇ, ਧਰਨੇ ਦਿੱਤੇ ਆ, ਪਰ ਅੱਜ ਤੱਕ ਸਰਕਾਰ ਨੇ ਸਾਡੀਆਂ ਮੰਗਾਂ ਪ੍ਰਤੀ ਕੋਈ ਪੂਰਾ ਧਿਆਨ ਨਹੀਂ ਦਿੱਤਾ। ਕਿਉਂਕਿ ਜਿਹੜੀ ਇਹ ਸਕੀਮ ਚੱਲੀ ਸੀਗੀ ਇਹ ਲੋਕਾਂ ਦੇ ਲਈ ਚੱਲੀ ਸੀਗੀ ਵੀ ਲੋਕਾਂ ਨੂੰ ਲਾਭ ਦਿੱਤੇ ਜਾਣ ਇਹਨਾਂ ਦੇ, ਜੋ ਬਿਮਾਰ ਨੇ ਉਹਨਾਂ ਨੂੰ ਤੰਦਰੁਸਤ ਬਣਾਇਆ ਜਾਵੇ, ਪਰ ਵਰਕਰ ਹੈਲਪਰ ਦਾ ਸਰਕਾਰ ਨੇ ਖੂਨ ਚੂਸ ਲਿਆ। ਉਸ ਸੰਬੰਧ ਦੇ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਆਪਣਾ ਖੂਨਦਾਨ ਕਰ ਰਹੇ ਹਾਂ। ਉਸ ਖੂਨ ਦੇ ਨਾਲ ਅਸੀਂ ਅੱਜ ਖੱਤ ਲਿਖ ਕੇ DC ਸਾਹਿਬ ਨੂੰ ਦੇਵਾਂਗੇ ਤਾਂ ਕਿ ਆਉਣ ਵਾਲੀ ਜਿਹੜਾ 6 ਮਾਰਚ ਆ ਉਹਦੇ ਵਿੱਚ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਜੇਲ੍ਹ ਭਰੋ ਅੰਦੋਲਨ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਜੇਲ੍ਹਾਂ ਦੇ ਵਿੱਚ ਜਾਵਾਂਗੇ। ਇਸ ਅੱਜ ਹੋਰ ਸਾਡਾ ਕੋਈ ਧਰਨਾ ਨਹੀਂ ਹੈਗਾ, ਕੋਈ ਮੁਜ਼ਾਹਰਾ ਨਹੀਂ ਹੈਗਾ, ਸਿਰਫ ਅਸੀਂ ਖੂਨਦਾਨ ਕਰਕੇ ਖੂਨ ਰਾਹੀਂ ਮੰਗ ਪੱਤਰ ਦੇਵਾਂਗੇ ਜੀ ਸਾਹਿਬ ਨੂੰ। ਮੈਡਮ ਨਾਮ ਕੀ ਤੁਹਾਡਾ ਜੀ? ਗੁਰਮੇਲ ਕੌਰ ਜੀ। ਤੁਸੀਂ ਅੱਜ ਕਿਵੇਂ ਖੂਨਦਾਨ ਕਿਵੇਂ ਕਰ ਰਹੇ ਹੋ ਵਿਸਥਾਰਪੂਰਵਕ ਦੱਸੋ ਜੀ। ਅਸੀਂ ਖੂਨਦਾਨ ਨਹੀਂ ਕਰ ਰਹੇ ਜੀ, ਅਸੀਂ ਤਾਂ ਮਤਲਬ ਅੱਜ ਇੱਕ ਮੰਗ ਪੱਤਰ ਦੇਣਾ ਜੀ। 6 ਮਾਰਚ ਨੂੰ ਇੱਕ ਅਸੀਂ ਜੇਲ੍ਹ ਭਰੋ ਅੰਦੋਲਨ ਕਰਨਾ, ਉਹਦੇ ਸੰਬੰਧ ਵਿੱਚ ਅੱਜ ਸਿਰਫ ਮੰਗ ਪੱਤਰ ਦੇਣ ਆਏ ਸੀ। ਮੰਗ ਪੱਤਰ ਅਸੀਂ ਦੇ ਕੇ ਸਰਕਾਰ ਨੂੰ ਥੱਕ ਚੁੱਕੇ ਹਾਂ ਜੀ, ਪਰ ਅੱਜ ਸਾਡਾ ਖੂਨ ਪੀ ਲਿਆ ਸਰਕਾਰ ਨੇ। ਕਿੰਨੇ ਲੰਬੇ ਸਮੇਂ ਤੋਂ ਅਸੀਂ ਲਗਾਤਾਰ ਧਰਨੇ ਮੁਜ਼ਾਹਰੇ ਲਗਾਤਾਰ ਕਰ ਰਹੇ ਹਾਂ, ਜਿਹੜਾ ਅੱਜ ਖੂਨ ਸਾਡਾ ਰਹਿ ਗਿਆ ਬਾਕੀ ਬਚਦਾ ਉਹ ਅੱਜ ਅਸੀਂ ਸਰਕਾਰ ਨੂੰ ਦੇ ਕੇ ਚੱਲੇ ਹਾਂ ਜੀ। ਇਹ ਆਪਣਾ ਖਜ਼ਾਨਾ ਭਰ ਲੈਣ ਜਦੋਂ ਵੀ ਅਸੀਂ ਜਾਂਦੇ ਹਾਂ ਆਪਣੀਆਂ ਮੰਗਾਂ ਨੂੰ ਲੈ ਕੇ, ਤਾਂ ਇਹ ਸਰਕਾਰ ਸਾਡੇ ਨਾਲ ਇੱਕੋ ਹੀ ਗੱਲ ਕਰਦੀ ਹੈ ਕਿ ਸਾਡਾ ਖਜ਼ਾਨਾ ਖਾਲੀ ਹੈ। ਅੱਜ ਸਾਡੀਆਂ ਭੈਣਾਂ 'ਚ ਜਿੰਨਾ ਕੁ ਬਚਿਆ ਖੂਨ ਹੈ, ਅੱਜ ਉਹ ਖੂਨ ਨਾਲ ਮਤਲਬ ਖਜ਼ਾਨਾ ਭਰ ਰਹੀ ਹੈ ਇਹਨਾਂ ਦਾ। ਅਸੀਂ ਮੰਗ ਪੱਤਰ ਦੇ ਨਾਲ ਆਪਣੀ ਖੂਨ ਦੀਆਂ ਬੋਤਲਾਂ ਵੀ ਦੇਵਾਂਗੇ ਜੀ। ਜੇਕਰ ਤੁਹਾਡਾ ਸਰਕਾਰ ਕਹਿਣਾ ਨਹੀਂ ਮੰਨੇਗੀ, ਉਸ ਤੋਂ ਬਾਅਦ ਕੀ ਅੰਦੋਲਨ? ਉਸ ਤੋਂ ਬਾਅਦ ਜੀ 6 ਮਾਰਚ ਨੂੰ ਫਿਰ ਅਸੀਂ ਜੇਲ੍ਹ ਭਰੋ ਅੰਦੋਲਨ ਕਰਾਂਗੇ, ਜਿਹਦੇ ਵਿੱਚ ਸਾਡੀ ਇਕੱਲੀ ਇਕੱਲੀ ਵਰਕਰ ਹੈਲਪਰ ਅਤੇ ਸਾਡੇ ਬੱਚੇ ਵੀ ਆ ਸਕਦੇ ਹਾਂ ਜੀ ਉਸ ਅੰਦੋਲਨ ਦੇ ਵਿੱਚ।